ਕਾਗਜ਼ ਦੀਆਂ ਟੋਪੀਆਂ ਸਮੱਗਰੀ ਅਖਬਾਰ ਦੇ ਕਾਗਜ਼ ਤੁਸੀਂ ਅਖਬਾਰ ਦੇ ਕਾਗਜ਼ ਦੀਆਂ ਵੱਖ ਵੱਖ 5 ਟੋਪੀਆਂ ਬਣਾ ਸਕਦੇ ਹੋ ਪਹਿਲਾਂ ਅਖਬਾਰ ਦੇ ਪੂਰੇ ਕਾਗਜ਼ ਨੂੰ ਚਿਤਕਾਰੋ ਮੋੜੋ ਫਿਰ ਇਸ ਨੂੰ ਇੱਕ ਚਿਤਾਈ ਮੋੜ ਦਿਓ ਹੁਣ ਇਸ ਨੂੰ ਖੋਲ੍ਹ ਕੇ ਫਿਰ ਦੋ ਹਿੱਸਿਆਂ ਨੂੰ ਮੋੜ ਕੇ ਤਿਕੋਣੀ ਛੱਤ ਬਣਾਓ ਹੇਠਲੇ ਬਚੇ ਕਾਗਜ਼ ਦੀ ਇੱਕ ਪੱਟੀ ਨੂੰ ਉੱਪਰ ਵੱਲ ਮੋੜੋ ਇਹ ਤੁਹਾਡੀ ਪਹਿਲੀ ਟੋਪੀ ਹੈ ਇਹ ਬਰਸਾਤੀ ਟੋਪੀ ਹੈ ਹੁਣ ਕਾਗਜ਼ ਨੂੰ ਉੱਪਰ ਵੱਲ ਮੋੜੋ ਅਤੇ ਦੋਨੋਂ ਦਰਵਾਜ਼ੇ ਬੰਦ ਕਰ ਦਿਓ ਦੋਵੇਂ ਛੋਟੀਆਂ ਸਮਕੋਣ ਤਿਕੋਣਾਂ ਨੂੰ ਵੀ ਇੱਕ ਪਾਸੇ ਤੋਂ ਮੋੜ ਦਿਓ ਹੇਠਲੀ ਪੱਟੀ ਨੂੰ ਉੱਪਰ ਮੋੜ ਕੇ ਦੂਜੀ ਟੋਪੀ ਬਣਾਓ ਇਹ ਸ਼ੈਫ ਟੋਪੀ ਹੈ ਭੁੱਜ ਦੀ ਛੱਤ ਨੂੰ ਹੇਠਾਂ ਮੋੜ ਕੇ ਬਾਕੀ ਕਾਗਜ਼ ਦੇ ਫਲੈਪ ਵਿੱਚ ਫਸਾਓ ਇਹ ਤੀਜੀ ਰਾਜਨੇਤਾ ਵਾਲੀ ਟੋਪੀ ਹੈ ਇਸ ਨੂੰ ਖੋਲ੍ਹੋ ਅਤੇ ਸਿਰਿਆਂ ਤੋਂ ਸਿੱਧਿਆਂ ਕਰੋ ਘੁਮਾ ਕੇ ਚਾਰੋ ਕੋਨੇ ਮੋੜ ਦਿਓ ਅਤੇ ਸਿਰਿਆਂ ਨੂੰ ਖਾਲੀ ਥਾਂ 'ਤੇ ਫਸਾ ਦਿਓ ਚਾਰੇ ਕੋਨਿਆਂ ਨੂੰ ਮੋੜ ਕੇ ਖੜਾ ਕਰੋ ਅਤੇ ਚੌਥੀ ਵਰਗਾਕਾਰ ਟੋਪੀ ਬਣਾਓ ਇਸ ਦੇ ਕਿਨਾਰਿਆਂ ਅਤੇ ਕੋਨਿਆਂ ਨੂੰ ਖੋਲ੍ਹੋ ਅਤੇ ਪੰਜਵੀਂ ਗ੍ਰੈਜੂਏਟ ਵਾਲੀ ਟੋਪੀ ਬਣਾਓ ਤੁਸੀਂ ਦੋ ਵਰਗਾਕਾਰ ਟੋਪੀਆਂ ਨੂੰ ਚੀਜ਼ਾਂ ਰੱਖਣ ਵਾਲੇ ਡੱਬੇ ਵਾਂਗ ਵੀ ਵਰਤ ਸਕਦੇ ਹੋ ਤੁਸੀਂ ਦੋ ਵਰਗਾਕਾਰ ਟੋਪੀਆਂ ਨੂੰ ਚੀਜ਼ਾਂ ਰੱਖਣ ਵਾਲੇ ਡੱਬੇ ਵਾਂਗ ਵੀ ਵਰਤ ਸਕਦੇ ਹੋ ਇਸ ਵਿੱਚ ਇੱਕ ਵਰਗਾਕਾਰ ਟੋਪੀ ਢੱਕਣ ਅਤੇ ਦੂਸਰੀ ਵਰਗਾਕਾਰ ਟੋਪੀ ਡੱਬੇ ਦਾ ਕੰਮ ਕਰੇਗੀ